ਉੱਥੇ ਘਰ ਬਹਿ ਕੇ ਸੋਚਣਾ ਕਿ ਮੈਂ ਮੂਵੀਜ਼ ਕਰੂੰਗੀ, ਐਕਟਿੰਗ ਕਰੂੰਗੀ, ਕਿੱਥੇ ਇੱਕ ਪਰਦੇ 'ਤੇ ਆ ਜਾਣਾ ਅਤੇ ਉੱਪਰਲੀ ਕੁਰਸੀ 'ਤੇ ਬਹਿ ਕੇ ਆਪਣੀ ਹੀ ਮੂਵੀ ਦੇਖਣੀ ਅਤੇ ਮੀਡੀਆ ਦੀ ਕਵਰੇਜ ਮਿਲਣੀ, ਇਹ ਸਭ ਸੁਪਨੇ ਹੁੰਦੇ ਆ। ਅਤੇ ਜਦੋਂ ਇਹ ਲਾਈਟ ਮਿਲਦੀ ਆ ਤਾਂ ਮੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਨਹੀਂ ਜਾਣਦੀ ਹਾਂ, ਉਹ ਮੈਨੂੰ ਸ਼ਬਦਾਂ 'ਚ ਬਿਆਨ ਕਰਨਾ ਨਹੀਂ ਆਉਣਾ ਇਸ ਟਾਈਮ, ਹੈ ਨਾ, ਕਿਉਂਕਿ ਇੱਕ ਇੱਕ ਦਿਨ ਦੀ ਮਿਹਨਤ ਲੱਗੀ ਹੋਈ ਆ, ਉਹ ਘਰਦਿਆਂ ਨੂੰ ਮਨਾਉਣ ਤੋਂ ਲੈ ਕੇ ਉਹ ਮੀਡੀਆ ਸਾਹਮਣੇ ਆਉਣ ਤੱਕ ਦਾ ਸਫ਼ਰ ਬਹੁਤ ਹੀ ਸੋਹਣਾ ਸੀਗਾ। ਅਤੇ ਮੈਨੂੰ ਉਮੀਦ ਆ ਕਿ ਰੱਬ ਨੂੰ ਹੋਰ ਸੁਹਾਣਾ ਕਰੇ। ਬਟ ਮਾਰ ਧਾੜ ਹੋਣਾ, ਕਿਸੇ ਦੀ ਸਹੇਲੀ ਬੰਦਾ ਐਵੇਂ ਹੱਥ ਫੜ ਕੇ ਮੁੰਡਾ ਕੋਈ ਲੈ ਕੇ ਜਾਵੇ, ਹੈ ਨਾ, ਕਈ ਵਾਰ ਜਦੋਂ ਮਾਵਾਂ ਨੂੰ ਕਰੈਕਟਰ ਪਸੰਦ ਨਹੀਂ ਆਉਂਦੇ ਹੁੰਦੇ ਤਾਂ ਮੰਮੀ ਨੂੰ ਡਿਸਕ੍ਰਾਈਬ ਅੱਛੇ ਤਰੀਕੇ ਨਾਲ ਕੀਤਾ ਸੀਗਾ ਜਾਂ ਕਿਵੇਂ ਕੀਤਾ ਸੀ? ਮੈਂ ਸਟੇਜ ਕਰ ਰਹੀ ਸੀ ਅਤੇ ਮੈਨੂੰ ਪਠਾਨ ਚੱਕ ਕੇ ਲੈ ਜਾਂਦੇ ਉਸ ਰੋਲ 'ਚ, ਨਾ ਉਸ ਪਲੇਅ 'ਚ ਮੈਨੂੰ ਪਠਾਨ ਚੱਕ ਕੇ ਲੈ ਜਾਂਦੇ ਆ। ਅਤੇ ਮੇਰੇ ਫਾਦਰ ਸਾਹਿਬ ਉੱਥੇ ਬੈਠ ਕੇ ਪਲੇਅ ਦੇਖ ਰਹੇ ਨੇ ਅਤੇ ਪਾਪਾ ਨੇ ਮੈਨੂੰ ਬਾਅਦ 'ਚੋਂ ਕਿਹਾ, ਕਹਿੰਦੇ ਮੈਨੂੰ ਇੰਨਾ ਗੁੱਸਾ ਜਿਹੜਿਆ ਨਾ, ਮੈਂ ਪਲੇਅ ਰੁਕਵਾ ਦੇਣਾ ਸੀ ਤੇਰਾ। ਇਹ ਚੀਜ਼ ਸੋਚਦੇ ਹੁੰਦੇ ਹੋ ਵੀ ਕੋਈ ਪ੍ਰੋਜੈਕਟ ਮਿਲਦਾ ਕਿ ਬਈ ਹਾਂ ਇਸ ਫਿਲਮ 'ਚ ਕੰਮ ਠੀਕ ਆ, ਹੁਣ ਅੱਗੇ ਆਉਣ ਵਾਲੇ ਟਾਈਮ 'ਚ ਕੰਮ ਆਊਗਾ, ਫਿਰ ਉਹ ਕੰਮ ਅਸੀਂ ਡਾਇਰੈਕਟਰਸ ਨੂੰ ਦਿਖਾਉਣਾ? ਇਹ ਸਟਰਗਲ ਚੱਲਦਾ ਰਹਿੰਦਾ ਹੈ ਜ਼ਿੰਦਗੀ 'ਚ, ਹੈ ਨਾ, ਕੰਮ ਚੱਲਦਾ ਰਹਿੰਦਾ ਤਾਂ ਕਿ ਯਾਰ ਲੋਕ ਸਾਡਾ ਕੰਮ ਵੱਧ ਤੋਂ ਵੱਧ ਦੇਖਣ ਅਤੇ ਸਾਨੂੰ ਹੋਰ ਕੰਮ ਮਿਲੇ ਅਤੇ ਸਾਰੇ ਸੁਪਨੇ ਜਿਹੜੇ ਹੈਗੇ ਨਾ ਉਹ ਪਾਉਣੇ ਸੌਖੇ ਹੋਣ। ਪਹਿਲਾਂ ਮੈਨੂੰ ਬਹੁਤ ਹੁੰਦਾ ਸੀ ਕਿ ਮੈਂ ਸਾਹਮਣੇ ਆਵਾਂ ਲੋਕਾਂ ਦੇ, ਮੇਰਾ ਕੰਮ ਦੇਖਿਆ ਜਾਵੇ, ਪਰ ਇਹ ਮੈਨੂੰ ਜਦੋਂ ਸਮਝ ਆਇਆ ਨਾ ਕਿ ਭੀੜ ਆ, ਮਤਲਬ ਭੀੜ ਕਹਿ ਲਓ ਜਾਂ ਇਹ ਦੌੜ ਕਹਿ ਲਓ, ਅਤੇ ਇਹ ਦੌੜ ਜੇ ਮੈਂ ਇਸ ਦੌੜ 'ਚ ਦੌੜਨ ਲੱਗ ਗਈ ਨਾ ਤਾਂ ਸ਼ਾਇਦ ਮੈਂ ਪਿੱਛੇ ਰਹਿ ਜਾਊਂ। ਇਹ ਜਿਹੜੀ ਮੇਰੇ ਚਿਹਰੇ 'ਤੇ ਮੁਸਕਾਨ ਹੈ ਨਾ, ਮੇਰੇ ਕੋਲ ਮੁਸਕਾਨ ਬੈਠੀ ਹੈ, ਵੈਸੇ ਨਾਮ ਇਹਦਾ ਮਨਪ੍ਰੀਤ ਹੈ ਬਟ ਫਿਲਮ 'ਚ ਇਹਦਾ ਨਾਮ ਮੁਸਕਾਨ ਹੈ ਐਂਡ ਇਹਨਾਂ ਦੀ ਮੁਸਕਾਨ ਮੈਨੂੰ ਬਹੁਤ ਪਸੰਦ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਠੀਕ ਆ, ਤੁਸੀਂ ਇੰਨੀ ਤਾਰੀਫ ਕਰਤੀ, ਠੀਕ ਤਾਂ ਮੈਨੂੰ ਲੱਗਦਾ ਕਿ ਇਹ ਇਹ ਰਿਐਲਿਟੀ ਦਿਲੋਂ ਨਿਕਲ ਕੇ ਆਉਂਦੀ ਹੈ। ਅੱਛਾ, ਤੁਸੀਂ ਹੁਣੇ ਹੁਣੇ ਮੂਵੀ ਦੇਖ ਕੇ ਤਾਂ ਤੁਸੀਂ ਬੋਲ ਰਹੇ ਹੋ। ਨਹੀਂ ਬਟ ਮੈਨੂੰ ਐਂ ਲੱਗਦਾ ਕਿ ਮਨਪ੍ਰੀਤ ਜਿਵੇਂ ਮੈਂ, ਹੈ ਨਾ, ਅਸੀਂ ਇਸ ਤੋਂ ਕੈਮਰੇ ਤੋਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਫਿਲਮ 'ਚ ਯੂ ਨਾ ਹਰ ਇੱਕ ਆਰਟਿਸਟ ਦੀ ਮਿਹਨਤ ਬੋਲਦੀ ਆ, ਹਰ ਇੱਕ ਆਰਟਿਸਟ ਨੇ ਬਹੁਤ ਸੋਹਣਾ ਕੰਮ ਕੀਤਾ ਹੋਇਆ, ਕਾਫੀ ਵੱਡੇ ਬਜਟ ਦੀਆਂ ਪੰਜਾਬ 'ਚ ਫਿਲਮਸ ਬਣਦੀਆਂ ਨੇ, ਹੈ ਨਾ, ਰਿਪੀਟਿਡ ਆਰਟਿਸਟ ਆਉਂਦੇ ਨੇ, ਬਟ ਸਾਨੂੰ ਅੱਛਾ ਲੱਗਦਾ ਹੈ ਕਿ ਜਦੋਂ ਕੋਈ ਮਿਹਨਤ ਕਰਦਾ ਹੋਇਆ ਆਰਟਿਸਟ ਜਦੋਂ ਪਰਦੇ 'ਤੇ ਨਹੀਂ ਦੇਖਦਾ ਹੁੰਦਾ ਉਹਦੇ ਪਿੱਛੇ ਕਿੰਨੇ ਸਾਲਾਂ ਦੀ ਮਿਹਨਤ ਹੁੰਦੀ ਹੈ, ਹੈ ਨਾ, ਉਹ ਸਿਰਫ ਉਹੀ ਜਾਣਦਾ ਹੁੰਦਾ, ਬਟ ਫਾਈਨਲੀ ਜਦੋਂ ਉਹਨੂੰ ਪਰਦੇ 'ਤੇ ਦਿਖਾਇਆ ਜਾਂਦਾ ਨਾ, ਉਹ ਫੀਲਿੰਗ ਇੱਕ ਉਹੀ ਦੱਸ ਸਕਦਾ ਜਿਹੜਾ ਇੰਨੇ ਸਾਲਾਂ ਤੋਂ ਲੱਗਿਆ ਹੋਇਆ। ਤਾਂ ਮੈਂ ਉਹ ਦਿਲ ਦੀ ਗਹਿਰਾਈ ਤੋਂ ਇੱਕ ਤੁਹਾਡੀ ਫੀਲਿੰਗ ਜਾਣਨਾ ਚਾਹੁੰਦਾ ਹਾਂ ਵੀ ਕਿੰਨਾ ਕੁ ਸੋਹਣਾ ਤੁਸੀਂ ਇਸ ਟਾਈਮ ਫੀਲ ਕਰ ਪਾ ਰਹੇ ਹੋ ਐਂਡ ਪਲੀਜ਼ ਐਕਸਪ੍ਰੈਸ ਕਰੋ ਆਪਣੀ ਇਸੇ ਮੁਸਕਾਨ ਦੇ ਨਾਲ। ਵਧੀਆ ਤਾਂ ਵੀ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ, ਕਿੱਥੇ ਘਰ ਬਹਿ ਕੇ ਸੋਚਣਾ ਕਿ ਮੈਂ ਮੂਵੀਜ਼ ਕਰੂੰਗੀ, ਐਕਟਿੰਗ ਕਰੂੰਗੀ, ਕਿੱਥੇ ਇੱਕ ਪਰਦੇ 'ਤੇ ਆ ਜਾਣਾ ਅਤੇ ਉੱਪਰਲੀ ਕੁਰਸੀ 'ਤੇ ਬਹਿ ਕੇ ਆਪਣੀ ਹੀ ਮੂਵੀ ਦੇਖਣੀ ਅਤੇ ਮੀਡੀਆ ਦੀ ਕਵਰੇਜ ਮਿਲਣੀ, ਇਹ ਸਭ ਸੁਪਨੇ ਹੁੰਦੇ ਆ। ਅਤੇ ਜਦੋਂ ਇਹ ਲਾਈਟ ਮਿਲਦੀ ਆ ਤਾਂ ਮੈਨੂੰ ਕਿੱਦਾਂ ਦਾ ਫੀਲ ਹੋ ਰਿਹਾ ਨਹੀਂ ਜਾਣਦੀ ਹਾਂ, ਉਹ ਮੈਨੂੰ ਸ਼ਬਦਾਂ 'ਚ ਬਿਆਨ ਕਰਨਾ ਨਹੀਂ ਆਉਣਾ ਇਸ ਟਾਈਮ, ਹੈ ਨਾ, ਕਿਉਂਕਿ ਇੱਕ ਇੱਕ ਦਿਨ ਦੀ ਮਿਹਨਤ ਲੱਗੀ ਹੋਈ ਆ, ਉਹ ਘਰਦਿਆਂ ਨੂੰ ਮਨਾਉਣ ਤੋਂ ਲੈ ਕੇ ਉਹ ਮੀਡੀਆ ਸਾਹਮਣੇ ਆਉਣ ਤੱਕ ਦਾ ਸਫ਼ਰ ਬਹੁਤ ਹੀ ਸੋਹਣਾ ਸੀਗਾ। ਅਤੇ ਮੈਨੂੰ ਉਮੀਦ ਆ ਕਿ ਰੱਬ ਨੂੰ ਹੋਰ ਸੁਹਾਣਾ ਕਰੇ। ਇਸ ਲਾਈਟ ਤੋਂ ਤੁਸੀਂ ਬਹੁਤ ਬ੍ਰਾਈਟ ਲੱਗ ਰਹੇ ਹੋ, ਇੱਥੇ ਵੀ ਤੇ ਫਿਲਮ 'ਚ। ਅੱਛਾ, ਤੁਸੀਂ ਤਾਰੀਫ ਕਰ ਰਹੇ ਹੋ, ਮੈਨੂੰ ਲੱਗਦਾ ਤੁਸੀਂ ਹੱਕ ਨਾ ਰਹੇ ਯਾਰ, ਕਿਉਂਕਿ ਐਂਡ ਮੁਸਕਾਨ ਮੈਨੂੰ ਇਹ ਗੱਲ ਦੱਸੋ, ਮੁਸਕਾਨ ਕਹਿ ਰਹੇ ਮਨਪ੍ਰੀਤ ਨੂੰ ਮੈਂ ਕਹਿ ਰਿਹਾ ਕਿਉਂਕਿ ਮੈਂ ਕਰੈਕਟਰ 'ਚ ਹੀ ਰੱਖੀ ਹੈ। ਜਦੋਂ ਇਹ ਫਿਲਮ ਕੀਤੀ ਸੀਗੀ, ਕਿਉਂਕਿ ਮਾਰ ਧਾੜ ਵਾਲੀ ਫਿਲਮਾਂ ਕਰਨਾ ਨਾ ਸਾਡੀ ਫੈਮਿਲੀ 'ਚ ਈਜ਼ੀਲੀ ਸਿਲੈਕਟ ਨਹੀਂ ਹੋ ਸਕਦੀਆਂ, ਕਿਉਂਕਿ ਬਿਕੋਜ਼ ਮੈਨੂੰ ਲੱਗਦਾ ਕਿ ਜਿਹੜੀ ਮਾਵਾਂ ਹੁੰਦੀਆਂ ਨੇ ਨਾ ਉਹ ਕਹਿੰਦੀਆਂ ਨੇ ਕਿ ਚੱਲ ਠੀਕ ਆ ਫਿਲਮ 'ਚ ਆਉਣਾ ਠੀਕ ਹੈ,
ਬਟ ਮਾਰ ਧਾੜ ਹੋਣਾ, ਕਿਸੇ ਦੀ ਸਹੇਲੀ ਬੰਨਾ, ਐਵੇਂ ਹੱਥ ਫੜ ਕੇ ਮੁੰਡਾ ਕੋਈ ਲੈ ਕੇ ਜਾਵੇ, ਹੈ ਨਾ, ਕਈ ਵਾਰ ਜਦੋਂ ਮਾਵਾਂ ਨੂੰ ਕਰੈਕਟਰ ਪਸੰਦ ਨਹੀਂ ਆਉਂਦੇ ਹੁੰਦੇ ਤਾਂ ਮੰਮੀ ਨੂੰ ਡਿਸਕ੍ਰਾਈਬ ਅੱਛੇ ਤਰੀਕੇ ਨਾਲ ਕੀਤਾ ਸੀਗਾ ਜਾਂ ਕਿਵੇਂ ਕੀਤਾ ਸੀ ਕਿ ਮੰਮੀ ਦੇਖੋ ਮੈਂ ਫਿਲਮ 'ਚ ਕੰਮ ਕਰ ਰਹੀ ਹਾਂ, ਮੰਮੀ ਨੇ ਪੁੱਛਿਆ ਸੀ ਕਿ ਫਿਲਮ 'ਚ ਰੋਲ ਕੀ ਹੈ? ਦੇਖੋ ਅਕਸਰ ਘਰਦੇ ਪੁੱਛਦੇ ਹੀ ਨੇ ਕਿ ਰੋਲ ਕੀ ਹੈ, ਹੈ ਨਾ, ਪਰ ਇਸ ਚੀਜ਼ ਦੀ ਜੰਗ ਮੈਨੂੰ ਲੱਗਦਾ ਮੇਰੀ ਉਦੋਂ ਹੀ ਖਤਮ ਹੋ ਗਈ ਸੀ ਜਦੋਂ ਮੈਂ ਸਟੇਜ ਕਰ ਰਹੀ ਸੀ ਅਤੇ ਮੈਨੂੰ ਪਠਾਨ ਚੱਕ ਕੇ ਲੈ ਜਾਂਦੇ ਉਸ ਰੋਲ 'ਚ, ਹੈ ਨਾ, ਉਸ ਪਲੇ 'ਚ ਮੈਨੂੰ ਪਠਾਨ ਚੱਕ ਕੇ ਲੈ ਜਾਂਦੇ ਆ ਅਤੇ ਮੇਰੇ ਫਾਦਰ ਸਾਹਿਬ ਉੱਥੇ ਬੈਠ ਕੇ ਪਲੇ ਦੇਖ ਰਹੇ ਨੇ ਅਤੇ ਪਾਪਾ ਨੇ ਮੈਨੂੰ ਬਾਅਦ 'ਚੋਂ ਕਿਹਾ, ਕਹਿੰਦੇ ਮੈਨੂੰ ਇੰਨਾ ਗੁੱਸਾ ਚੜਿਆ ਨਾ, ਮੈਂ ਪਲੇ ਰੁਕਵਾ ਦੇਣਾ ਸੀ ਤੇਰਾ, ਮਤਲਬ ਇਵੇਂ ਕਿਵੇਂ ਮੇਰੀ ਕੁੜੀ ਨੂੰ ਕੋਈ ਹੱਥ ਲਾ ਸਕਦਾ। ਫਿਰ ਘਰ ਜਾ ਕੇ ਮੈਂ ਉਹਨਾਂ ਨੂੰ ਸਮਝਾਇਆ, ਮੇਰੇ ਭਰਾ ਨੇ ਵੀ ਸਮਝਾਇਆ ਇਵੇਂ ਨਹੀਂ ਹੁੰਦਾ, ਉਹ ਇੱਕ ਕਰੈਕਟਰ ਹੁੰਦਾ ਆ, ਐਕਟਰ ਦੀ ਇਹ ਜੋਬ ਹੁੰਦੀ ਆ। ਸੋ ਮੈਂ ਵੀ ਸਮਝਾਇਆ ਕਿ ਜੇ ਉਹਨੂੰ ਚੱਕ ਕੇ ਨਾ ਲਿਜਾਂਦੇ ਤਾਂ ਐਂਡ 'ਤੇ ਜੋ ਤਾੜੀਆਂ ਵੱਜੀਆਂ ਜਾਂ ਤੁਸੀਂ ਇਮੋਸ਼ਨਲ ਹੋਏ ਉਹ ਮੈਂ ਨਹੀਂ ਹੋ ਪਾਉਣਾ ਸੀ। ਅਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਮੇਰੇ ਘਰਦਿਆਂ ਨੂੰ ਇਹ ਗੱਲ ਸਮਝ ਆ ਗਈ, ਅਤੇ ਕਿਉਂਕਿ ਹੁਣ ਅੱਗੇ ਵਧੀਆ ਕੰਮ ਵੀ ਕਰ ਰਹੀ ਹਾਂ ਸੋ ਉਹਨਾਂ ਦਾ ਭਰੋਸਾ ਵੱਧਦਾ ਜਾਂਦਾ ਹੈ। ਅਤੇ ਆਈ ਥਿੰਕ ਉਹਨਾਂ ਨੇ ਮੇਰੇ ਤੋਂ ਜ਼ਿਆਦਾ ਸਵਾਲ ਹੁਣ ਪੁੱਛਣੇ ਬੰਦ ਕਰਤੇ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਇੰਨਾ ਕੁ ਹੋ ਚੁੱਕਾ ਹੈ। ਅਤੇ ਆਫਟਰ ਇਹ ਮੂਵੀ ਦੇਖਣ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਇੰਨਾ ਕਹਿਤਾ ਕਿ ਜੋ ਤੂੰ ਫੈਸਲਾ ਲਿਆ ਸੀ ਨਾ ਐਕਟਰ ਬਣਨ ਦਾ ਉਹ ਸਹੀ ਸੀ, ਤੇਰੀ ਜ਼ਿੱਦ ਸਹੀ ਸੀ। ਐਂਡ ਜਿਵੇਂ ਇਸ ਫਿਲਮ ਦੀ ਤਾਰੀਫ ਹੋਈ ਮੁਸਕਾਨ, ਤੁਹਾਡੇ ਕਰੈਕਟਰ ਦੀ ਤਾਰੀਫ ਹੋਈ ਆ, ਆਪਦੀ ਜ਼ਿੰਦਗੀ 'ਚ ਕੁਛ ਇੱਦਾਂ ਲੱਗਿਆ ਕਿ, ਕਿਉਂਕਿ ਨਾ ਜਦੋਂ ਕੋਈ ਫਿਲਮ ਪ੍ਰੋਜੈਕਟ ਆਉਂਦਾ ਨਾ ਤਾਂ ਇਨਸਾਨ ਆਪਣੀ ਕਮੀਆਂ ਗਿਣਦਾ, ਕਮੀਆਂ ਤੋਂ ਜ਼ਿਆਦਾ ਫਿਰ ਉਹ ਇਹ ਸੋਚਦਾ ਹੈਗਾ ਕਿ ਸ਼ੁਕਰ ਆ ਵੀ ਹੁਣ ਅੱਗੇ ਹੁਣ ਕੰਮ ਮੇਰੇ ਕੋਲ ਆਊਗਾ। ਇਹ ਚੀਜ਼ ਸੋਚਦੇ ਹੁੰਦੇ ਹੋ ਵੀ ਕੋਈ ਪ੍ਰੋਜੈਕਟ ਮਿਲਦਾ ਕਿ ਬਈ ਹਾਂ ਇਸ ਫਿਲਮ 'ਚ ਕੰਮ ਠੀਕ ਆ, ਹੁਣ ਅੱਗੇ ਆਉਣ ਵਾਲੇ ਟਾਈਮ 'ਚ ਕੰਮ ਆਊਗਾ, ਫਿਰ ਉਹ ਕੰਮ ਅਸੀਂ ਡਾਇਰੈਕਟਰਸ ਨੂੰ ਦਿਖਾਉਣਾ, ਇਹ ਸਟਰਗਲ ਚੱਲਦਾ ਰਹਿੰਦਾ ਹੈ ਜ਼ਿੰਦਗੀ 'ਚ, ਹੈ ਨਾ, ਕੰਮ ਚੱਲਦਾ ਰਹਿੰਦਾ ਤਾਂ ਕਿ ਯਾਰ ਲੋਕ ਸਾਡਾ ਕੰਮ ਵੱਧ ਤੋਂ ਵੱਧ ਦੇਖਣ ਅਤੇ ਸਾਨੂੰ ਹੋਰ ਕੰਮ ਮਿਲੇ ਅਤੇ ਸਾਰੇ ਸੁਪਨੇ ਜਿਹੜੇ ਹੈਗੇ ਨੇ ਉਹ ਪਾਉਣੇ ਸੌਖੇ ਹੋਣ। ਪਹਿਲਾਂ ਮੈਨੂੰ ਬਹੁਤ ਹੁੰਦਾ ਸੀ ਕਿ ਮੈਂ ਸਾਹਮਣੇ ਆਵਾਂ ਲੋਕਾਂ ਦੇ, ਮੇਰਾ ਕੰਮ ਦੇਖਿਆ ਜਾਵੇ, ਪਰ ਇਹ ਮੈਨੂੰ ਜਦੋਂ ਸਮਝ ਆਇਆ ਨਾ ਕਿ ਭੀੜ ਆ, ਮਤਲਬ ਭੀੜ ਕਹਿ ਲਓ ਜਾਂ ਇਹ ਦੌੜ ਕਹਿ ਲਓ, ਅਤੇ ਇਹ ਦੌੜ ਜੇ ਮੈਂ ਇਸ ਦੌੜ 'ਚ ਦੌੜਨ ਲੱਗ ਗਈ ਨਾ ਤਾਂ ਸ਼ਾਇਦ ਮੈਂ ਪਿੱਛੇ ਰਹਿ ਜੂੰਗੀ, ਅਤੇ ਮੈਂ ਦੌੜ 'ਚ ਦੌੜਨਾ ਹੀ ਬੰਦ ਕਰਤਾ। ਜਿਸ ਦਿਨ ਮੈਂ ਇਸ ਦੌੜ ਤੋਂ ਸਾਈਡ 'ਤੇ ਹੋ ਗਈ, ਮੈਂ ਸਾਈਡ 'ਤੇ ਖੜ੍ਹੀ ਹੋ ਗਈ, ਉਸ ਦਿਨ ਮੈਨੂੰ ਇਹ ਮੂਵੀ ਮਿਲ ਗਈ। ਅਤੇ ਜਿਵੇਂ ਤੁਸੀਂ ਕਿਹਾ ਕਿ ਕਿਰਦਾਰ ਨਿਭਾਇਆ ਜਾਂ ਮਤਲਬ ਲੋਕ ਪਸੰਦ ਕਰ ਰਹੇ ਨੇ, ਸੋ ਉਹੀ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ, ਸੱਚੀਆਂ ਨੀਤਾਂ ਨਾਲ ਤੁਰੇ ਹੋਏ ਹਾਂ ਅਤੇ ਸੱਚੀਆਂ ਨੀਤਾਂ ਨਾਲ ਪਹੁੰਚ ਰਹੇ ਹਾਂ ਜਾਂ ਪਹੁੰਚਾਂਗੇ। ਅਤੇ ਮੈਨੂੰ ਕਦੇ ਵੀ ਨਹੀਂ ਇਹ ਹੁੰਦਾ ਕਿ ਇਸ ਮੂਵੀ ਤੋਂ ਬਾਅਦ ਮੈਨੂੰ ਹੋਰ ਮੂਵੀਜ਼ ਮਿਲਣ ਜਾਂ ਇਹਨੂੰ ਦੇਖ ਕੇ ਡਾਇਰੈਕਟਰ ਦੇਖਣ, ਪ੍ਰੋਡਿਊਸਰ ਦੇਖਣ ਤਾਂ ਕਿ ਮੈਨੂੰ ਕੰਮ ਮਿਲੇ। ਮੇਰੇ ਦਰਸ਼ਕ ਹੀ ਮੈਨੂੰ ਕੰਮ ਦਿਵਾਉਣਗੇ, ਅਤੇ ਜਿੰਨੇ ਦਰਸ਼ਕਾਂ ਤੱਕ ਮੈਂ ਪਹੁੰਚੂੰਗੀ ਜਾਂ ਉਹਨਾਂ ਨੂੰ ਪਸੰਦ ਆਊਂਗੀ ਨਹੀਂ ਪਸੰਦ ਆਊਂਗੀ, ਉਹ ਡਿਸਾਈਡ ਕਰਨਗੇ ਕਿ ਮੇਰਾ ਆਉਣ ਵਾਲਾ ਫਿਊਚਰ ਕੀ ਆ। ਗ੍ਰੇਟ, ਮੈਨੂੰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮਨਪ੍ਰੀਤ, ਐਂਡ ਆਈ ਵਿਸ਼ ਕਿ ਤੁਹਾਡੀ ਇਹ ਫਿਲਮ 'ਚ ਜੋ ਪ੍ਰੋਬਲਮਸ ਜੋ ਹਰਡਲਸ ਨੇ ਇਹ ਇਹ ਜ਼ਿੰਦਗੀ 'ਚ ਨਾ ਹਰ ਇੱਕ ਫਿਲਮ 'ਚ ਆਉਂਦੇ ਰਹਿਣ, ਬਟ ਇਸ ਤੋਂ ਬਾਅਦ ਤੁਹਾਨੂੰ ਐਸੀ ਜ਼ਿਆਦਾ ਸਕਸੈਸ ਮਿਲੇ ਕਿ ਤੁਸੀਂ ਯੂ ਨੋ ਤੁਹਾਡੇ ਤੁਸੀਂ ਕਦੀ ਐਕਸਪੈਕਟ ਵੀ ਨਾ ਕੀਤਾ ਹੋਵੇ। ਐਂਡ ਸੁੱਖ ਦੁੱਖ ਤਾਂ ਜ਼ਿੰਦਗੀ ਦੇ ਚੀਜ਼ਾਂ ਨੇ, ਕਹਿੰਦੇ ਜਦੋਂ ਤੁਹਾਡੇ ਕੰਮ 'ਚ ਅੜਚਨ ਆਉਂਦੀ ਆ ਨਾ ਤਾਂ ਉਹਦਾ ਜਿਹੜਾ ਰਿਜ਼ਲਟ ਹੁੰਦਾ ਉਹ ਤੁਹਾਡੀ ਸੋਚ ਤੋਂ ਵੀ ਬਾਹਰ ਹੁੰਦਾ। ਜੀ, ਜੋ ਤੁਸੀਂ ਕਹਿ ਰਹੇ ਹੋ ਮੈਂ ਕਹਿ ਰਹੀ ਹਾਂ ਕਿ ਵਾਹਿਗੁਰੂ ਜੀ ਇਵੇਂ ਕਰਨ ਕਿ ਜੋ ਮੈਂ ਸੋਚ ਕੇ ਆਈ ਹਾਂ ਮੈਂ ਉਹਨੂੰ ਅਚੀਵ ਕਰ ਪਾਵਾਂ। ਅਤੇ ਵੱਡੀ ਗੱਲ ਇਹ ਆ ਕਿ ਇਹੋ ਜਿਹੀ ਮੂਵੀਜ਼ ਜ਼ਿਆਦਾ ਪ੍ਰਮੋਟ ਹੋਣੀਆਂ ਚਾਹੀਦੀਆਂ ਨੇ। ਮੇਰੇ ਫਾਦਰ ਸਾਹਿਬ ਨੇ ਵੀ ਮੂਵੀ ਦੇਖ ਕੇ ਮੇਰੀ ਤਾਰੀਫ ਬਾਅਦ 'ਚ ਕੀਤੀ, ਪਰ ਸਾਰਿਆਂ ਦੀ ਤਾਰੀਫ ਜ਼ਿਆਦਾ ਕੀਤੀ ਕਿ ਰੋਡੇ ਕਾਲਜ 'ਚ ਹਰੇਕ ਕਿਰਦਾਰ ਬਹੁਤ ਹੀ ਸੋਹਣਾ ਸੀ, ਸਭ ਨੇ ਅੱਛੀ ਐਕਟਿੰਗ ਕੀਤੀ ਅਤੇ ਸਕ੍ਰਿਪਟ ਬਹੁਤ ਜ਼ਿਆਦਾ ਸੋਹਣੀ ਸੀ, ਸਕਰੀਨ ਪਲੇ ਐਵਰੀਥਿੰਗ ਵਾਸ ਸੋ ਨਾਈਸ। ਉਹਨਾਂ ਨੇ ਮੈਨੂੰ ਕਮਾਲ 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 ਤਿੰਨ ਇਹ ਸ਼ਬਦਾਂ ਸਵਾ ਮੈਨੂੰ ਕੁਛ ਕਿਹਾ ਹੀ ਨਹੀਂ। ਸੋ ਮੈਂ ਚਾਹੁੰਦੀ ਹਾਂ ਕਿ ਮੇਰੇ ਤੋਂ ਪਹਿਲਾਂ ਇਹ ਇਹ ਮੂਵੀ ਜ਼ਿਆਦਾ ਸਕਸੈਸ ਹੋਵੇ, ਕਿ ਉਸ ਮੂਵੀ ਦੇ ਨਾਲ ਹੀ ਉਹ ਕਿਰਦਾਰ ਜ਼ਿਆਦਾ ਸਕਸੈਸ ਹੋਵੇ, ਉਹ ਕਿਰਦਾਰਾਂ ਦੇ ਨਾਲ ਹੀ ਅਸੀਂ ਬਣੇ ਹੋਏ ਹਾਂ। ਜਿੰਨਾ ਉਸ ਮੂਵੀ ਨੂੰ ਪਿਆਰ ਮਿਲੂਗਾ, ਕਿਰਦਾਰ ਨੂੰ ਪਿਆਰ ਮਿਲੇਗਾ, ਓਨਾ ਹੀ ਅਸੀਂ ਅੱਗੇ ਜਾਵਾਂਗੇ, ਹੈ ਨਾ। ਸੋ
ਮੇਰੀ ਸਾਰਿਆਂ ਨੂੰ ਦਰਖਾਸਤ ਇਹੀ ਹੈ ਕਿ ਇਹ ਮੂਵੀ ਨੂੰ ਜ਼ਿਆਦਾ ਪ੍ਰਮੋਟ ਕਰੋ ਅਤੇ ਸਾਰੇ ਦੇਖਣ ਜਾਓ, ਅਤੇ ਪ੍ਰੋਡਿਊਸਰਸ ਨੂੰ ਫਾਇਦਾ ਹੋਊਗਾ ਅਤੇ ਉਹ ਇਹੋ ਜਿਹੀ ਮੂਵੀਜ਼ ਬਣਾਉਣਗੇ, ਉਹ ਇਹੋ ਜਿਹੀ ਮੂਵੀ ਬਣਾਉਣਗੇ ਅਤੇ ਮੇਰੇ ਵਰਗੇ ਕੁੜੀਆਂ ਅੱਗੇ ਆ ਪਾਉਣਗੀਆਂ ਜੋ ਆਪਣੇ ਘਰਦਿਆਂ ਨੂੰ ਮਸੀਂ ਮਸੀਂ ਬਣਾ ਕੇ ਇੱਥੇ ਤੱਕ ਪਹੁੰਚਦੀਆਂ ਨੇ, ਅਤੇ ਉਹਨਾਂ ਦੇ ਸਾਰਿਆਂ ਦੇ ਸੁਪਨੇ ਸਾਕਾਰ ਹੋਣੇ ਚਾਹੀਦੇ ਆ ਜਿਵੇਂ ਮੇਰੇ ਹੋ ਰਹੇ ਆ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ।